गुन कह कह तू साहिब गुनी निदाना तू मेरी मेहमान बरन न सागो तू ठाकुर फिर कर पास न पर रे गुरु नानक जिन सुनिया पेखिया गुरु नानक जिन ਸ਼ਰੀਰ ਦਾ ਪਾਵਨ ਮੁਖ ਵਾਕ ਬਚਨ ਹੈ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਪਾਸ ਨਾ ਪਰਿਆ
ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਦੇ ਰਾਹੀਂ ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਕਿ ਥੋੜ੍ਹਾ ਜਿਹਾ ਇਕਾਗਰਤਾ ਬਣਾ ਕੇ ਰੱਖੋ। ਜਿਨ੍ਹਾਂ ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸ਼ਬਦ ਰੂਪ ਵਿੱਚ, ਕਿਸੇ ਪ੍ਰਕਾਰ ਦਾ ਮਨ ਚ ਸੰਸਾ ਨਹੀਂ ਰਹਿ ਗਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਪਾਸ ਨਾ ਭਰਿਆ ਰੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁੱਖ ਵਿੱਚੋਂ ਨਿਕਲੇ ਹੋਏ ਇਹ ਬਚਨ ਸਤਿਗੁਰ ਪਾਤਸ਼ਾਹ ਜਗਤ ਦੇ ਮਾਲਕ ਸ੍ਰਿਸ਼ਟੀ ਦੇ ਰਚਨਹਾਰ ਵੱਡੇ ਸਤਿਗੁਰੂ ਵੱਡੀਆਂ ਵਡਿਆਈਆਂ ਅਤੇ ਸਤਿਗੁਰ ਪਾਤਸ਼ਾਹ ਜੀ ਆਪਣੇ ਵਾਸਤੇ ਪੰਕਤੀ ਉਚਾਰਨ ਕਰ ਰਹੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰਿਹਾ। ਕਹਿੰਦੇ ਕਰੋੜਾਂ ਹੀ ਪਾਪੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਨਾਲ ਤਰ ਗਏ, ਇਤਿਹਾਸ ਆਪ ਜਾਣਦੇ ਹੋ। ਰਾਜਾ ਤਾਰੇ
प्रगट पई सगले जुगिया प्रगट पई सगले जुगिया गुरु नानक प्रगट पई सगले जुगिया प्रगट पई सगले जुगिया प्रगट पई Thank you.
प्रगट पई सगले Thank you.
सेवा प्रवान करने सतगुरु पातशाह जी दी
ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕਰਦਿਆਂ ਬੇਅੰਤ ਰੋਟੀਆਂ ਰਹਿ ਗਈਆਂ। ਸਤਿਗੁਰ ਪਾਤਸ਼ਾਹ ਗੁਰੂ ਕੀ ਵਰਸੋਈ ਸੰਗਤ ਬਖਸ਼ਣ ਯੋਗ ਹਨ। ਕੁੱਟਣ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਚੱਖੜ ਚਾਂਗੀ ਮੀਂਹ ਵਰਸੈ ਪੀਰ ਦੇਖਣ ਜਾਈ ਦੇ ਮਾਂ ਵਾਕ ਅਨੁਸਾਰ ਕਿਰਪਾ ਕੀਤੀ ਹੈ। ਸਤਿਗੁਰਾਂ ਨੇ ਬਾਣੀ ਦੀ ਸ਼ੈਬਰ ਵੀ ਲਾਈ ਹੈ ਨਾਲ। ਸਮੂਹ ਪ੍ਰਬੰਧਕ ਜਣਾ ਦਾ, ਸਮੂਹ ਸੰਗਤ ਦਾ ਧੰਨਵਾਦ। ਅਸੀਸ ਤੇ ਸਵਾਸ ਸਵਾਸ ਜੁੜ ਕੇ ਵਿਚਾਰ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਦੇ ਰਹੀਏ। ਫੁੱਲਾਂ ਚੁੱਕਾਂ ਦੀ ਮਾਫੀ ਆਓ ਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।